ਮੈਂ ਬਹੁਤ ਇਲੈਕਸ਼ਨ ਲੜੇ, ਬੜਾ ਕੁਛ ਕਰ ਲਿਆ, ਮੈਂ ਹੁਣ ਇਲੈਕਸ਼ਨ ਕਿੱਥੇ ਲੜਨੀ ਹੈ? ਉਹ ਪਾਰਟੀ ਜੋ ਹੁਕਮ ਕਰੇਗੀ, ਪਾਰਟੀ ਖਾਤਰ ਜਾਨ ਦੇਣ ਨੂੰ ਵੀ ਤਿਆਰ ਹਾਂ। ਲੋਕ ਸਭਾ ਚੋਣਾਂ ਨੇੜੇ ਨੇ ਤੇ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਪੰਜਾਬ 'ਚ ਵੀ ਸਿਆਸਤ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ। ਸਾਰੀਆਂ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਤੰਜ ਵੀ ਕੱਸੇ ਜਾ ਰਹੇ ਨੇ, ਪਰ ਹਾਲੇ ਵੀ ਇੱਕ ਸਵਾਲ ਸਭ ਦੇ ਮਨਾਂ 'ਚ ਸੀ ਕਿ ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਚੋਣ ਲੜਨਗੇ ਕਿ ਨਹੀਂ। ਪਰ ਹੁਣ ਇਸ ਦਾ ਜਵਾਬ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਦੇ ਦਿੱਤਾ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਰਾਜਨੀਤੀ ਨੂੰ ਅਲਵਿਦਾ ਕਹਿ ਰਹੇ ਨੇ। ਆਪਣੇ ਲੰਬੀ ਦੌਰੇ ਦੌਰਾਨ ਉਹਨਾਂ ਕਿਹਾ ਕਿ ਉਹ ਚੋਣ ਨਹੀਂ ਲੜਨਗੇ, ਪਰ ਪਾਰਟੀ ਜਿਸ ਕਿਸੇ ਦੇ ਵੀ ਪ੍ਰਚਾਰ ਲਈ ਕਹੇਗੀ ਉਹ ਜ਼ਰੂਰ ਕਰਨਗੇ। ਮੈਂ ਬਹੁਤ ਇਲੈਕਸ਼ਨ ਲੜ ਲਏ, ਬੜਾ ਕੁਛ ਕਰ ਲਿਆ, ਮੈਂ ਹੁਣ ਇਲੈਕਸ਼ਨ ਕਿੱਥੇ ਲੜਨੀ ਹੈ? ਉਹ ਪਾਰਟੀ ਜੋ ਹੁਕਮ ਕਰੇਗੀ, ਪਾਰਟੀ ਖਾਤਰ ਜਾਨ ਦੇਣ ਨੂੰ ਵੀ ਤਿਆਰ ਆ। ਸਭ ਤੋਂ ਪਹਿਲਾਂ ਪਾਰਟੀ ਹੁੰਦੀ ਹੈ, ਫੇਰ ਕੋ ਹੋਰ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਬਿਨਾਂ ਨਾਮ ਲਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਮੋਦੀ ਦੀ ਟੱਕਰ ਦਾ ਕੋਈ ਵਿਅਕਤੀ ਹੀ ਨਹੀਂ ਹੈਗਾ, ਮੋਦੀ ਆਪਣੀ ਕਾਬਿਲਿਅਤ ਦਿਖਾ ਚੁੱਕੇ ਨੇ, ਜਦਕਿ ਰਾਹੁਲ ਗਾਂਧੀ ਕੋਲ ਤਾਂ ਕੋਈ ਤਜੁਰਬਾ ਵੀ ਨਹੀਂ ਹੈ, ਤੇ ਬਿਨਾਂ ਤਜੁਰਬੇ ਤੋਂ ਗੱਡੀ ਤੇ ਸਰਕਾਰ ਚਲਾਉਣ ਵਾਲਿਆਂ ਦਾ ਹਾਲ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ। ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ, ਬਹੁਤ ਵੱਡੀ ਵੱਡੀ ਜਿੱਤ ਉਹਨਾਂ ਦੀ ਹੋਊਗੀ ਪ੍ਰਧਾਨ ਮੰਤਰੀ ਬਣ, ਬਹੁਤ ਜ਼ਿਆਦਾ ਹੈ ਹੀ ਨਹੀਂ ਕੋਈ ਮੁਕਾ। ਤੁਸੀਂ ਦੱਸੋ, ਤੁਸੀਂ ਕਿਹੜਾ ਬੰਦਾ ਜਿਹੜਾ ਵਿਦੇਸ਼ ਦੀ ਹਕੂਮਤ ਚਲਾ ਸਕਦਾ? ਆਪਾਂ ਡਰਾਈਵਰ ਵੀ ਜੇ ਬਣਨਾ ਹੁੰਦਾ ਨਾ ਮੋਟਰ ਗੱਡੀ ਚਲਾਉਣ ਦਾ, ਤਾਂ ਪਹਿਲਾਂ ਉਹਨੂੰ ਲਰਨਿੰਗ ਲਾਇਸੈਂਸ ਲੈਣਾ ਪੈਂਦਾ, ਫਿਰ ਲਾਈਟ ਲਾਇਸੈਂਸ ਲੈਣਾ ਪੈਂਦਾ ਕਾਰ ਕੂਰ ਚਲਾਉਣ ਦਾ, ਫਿਰ ਹੈਵੀ ਲਾਇਸੈਂਸ ਲੈਣਾ ਪੈਂਦਾ ਵੱਡੀ ਮੋਟਰ ਚਲਾਉਣ ਦਾ, ਉਦੋਂ ਬਾਅਦ ਵੀ ਟੈਸਟ ਹੁੰਦਾ, ਫਿਰ ਗੱਡੀ 'ਤੇ ਚੜ੍ਹ ਸਕਦਾ। ਇਹਨਾਂ ਕੋਲ ਤਾਂ ਲਾਈਟ ਲਾਇਸੈਂਸ ਵੀ ਹੈ, ਲਰਨਰ ਵੀ ਹੈ ਨਹੀਂ। ਤੁਹਾਨੂੰ ਦੱਸ ਦਈਏ ਕਿ ਸਾਲ 1947 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਪਰ ਆਪਣੀ ਪਹਿਲੀ ਵਿਧਾਨ ਸਭਾ ਚੋਣ ਸਾਲ 1957 ਵਿੱਚ ਜਿੱਤੀ ਸੀ ਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਪਹਿਲਾਂ ਤੋਂ ਕਦੇ ਵੀ ਖੁੱਲ੍ਹ ਕੇ ਨਹੀਂ ਸੀ ਬੋਲੇ ਕਿ ਉਹ ਚੋਣ ਨਹੀਂ ਲੜਨਗੇ, ਪਰ ਅੱਜ ਉਹਨਾਂ ਸਾਫ਼ ਤੌਰ ਤੇ ਕਿਹਾ ਕਿ ਹੁਣ ਕਿੱਥੇ ਚੋਣ ਲੜਨੀ ਹੈ, ਜਿਸ ਤੋਂ ਤਾਂ ਇਹੀ ਮਤਲਬ ਨਿਕਲਦਾ ਕਿ ਪ੍ਰਕਾਸ਼ ਸਿੰਘ ਬਾਦਲ ਸਿਆਸੀ ਪਾਰੀ ਨੂੰ ਅਲਵਿਦਾ ਕਹਿਣ ਦੇ ਮੂਡ ਵਿੱਚ ਨੇ। ਲੰਬੀ ਤੋਂ ਜਸਪਾਲ ਮਾਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।